किसान वीरों सत श्रीकाल, मैं रमनदीप सिंह, तुसी देख रहे हो फार्मिंग ब्रेन। मित्रों मानसा कैंचियां दी जिहड़ी मंडी बकरियां दी लज्ज लगनी स्टार्ट होई है, उस ते पहुंच चुके आ ते वीर होरां नाल कराउणे आ थोड़ी गल्लबात वी किहो जिहे जानवर लैके आए आ, की कुछ मंगदे आ। सत श्रीकाल भाई। सत श्रीकाल भाई। किहड़ी जगह तों पहुंचे हो? आपां फूले वाले तों आए आ। फूले वाले तों? हां जी, डाक्टर गुरप्रीत सिंह फूले वाले दे पिंड तों पहुंचे हो। इत्थे किहड़े जानवर लैके आए हो दिखाओ सानूं। इत्थे आपां जानवर वी लैके आए जी, इधर वी खड़े आ, वी अपणी आ जी। की डिमांड सारों पहलां सानूं वीरे गब्बण जानवर दिखाओ जिहड़ा कोई महीने दे गेड़ च सून वाला। महीने दे गेड़ च इधर खड़ियां बकरियां दिखाओ। पूरे दंद हो चुकी है बई। जे मैं एक गल करा, एक बकरी एक पूरी जिंदगी च सोडे कोले किन्ने बच्चे दे के गई है, वध तो वध ਜਿਹੜੀ ਸਵਾਈ ਹੋਵੇ ਆਪਣੇ ਕੋਲ? ਦੇਖੋ ਵੈਸੇ ਇੰਨਾ ਟਾਈਮ ਤਾਂ ਪਸ਼ੂ ਆਪਣੇ ਕੋਲ ਰੁਕਦਾ ਨਹੀਂ, ਜੇ ਰੁਕ ਵੀ ਜਾਵੇ ਪਸ਼ੂ ਆਪਾਂ ਘੱਟ ਤੋਂ ਘੱਟ ਵੀ 12-13 ਬੱਚੇ ਤਾਂ ਦੇ ਜਾਂਦੀ ਆਪਾਂ ਨੂੰ। 12-13 ਬੱਚੇ ਜਾਂ 12-13 ਸੂਏ? ਸੂਏ ਵੀ ਦੇ ਜਾਂਦੇ ਆ, ਮੰਨ ਕੇ ਚੱਲ ਉਹਦੇ ਵਿੱਚ 8 ਸੂਏ ਦਿੰਦੀ ਆ ਜੀ ਬੱਕਰੀ, ਇਹਦੋਂ ਵੱਧ ਦਿੰਦੀ ਨਹੀਂ ਸੂਏ। 8 ਸੂਏ ਦਿੰਦੀ ਆ ਬਸ। ਠੀਕ ਹੈ, ਤੇ ਹੋਰ ਵੀ ਦਿਖਾਓ ਬਾਈ, ਵੱਡੀਆਂ ਵੱਡੀਆਂ ਵਾਹ ਵਾਹ ਬੱਕਰੀਆਂ ਬੈਠੀਆਂ ਤੁਹਾਡੇ ਕੋਲ। ਇਹਦੀ ਕੀ ਡਿਮਾਂਡ ਕਰਦੇ ਹੋ ਬਾਈ? ਇਹਦੇ ਜੀ 35,000 ਕਰਦੇ ਹਾਂ। 35,000 ਡਿਮਾਂਡ ਕਰਦੇ ਹੋ? ਕੁਛ ਲੱਗਿਆ ਵੀ ਆ ਬਾਈ ਹੁਣ ਤੱਕ? ਹਾਂਜੀ, ਇਹ ਤੇ 27-28,000 ਰੁਪਇਆ ਲੱਗਿਆ। 27-28,000 ਲੱਗ ਜਾਂਦਾ, ਕਿੱਥੋਂ ਤੱਕ ਛੱਡ ਦਿਓਗੇ ਬਾਈ? ਇਹ ਆਪਾਂ 30,000 ਤੱਕ ਛੱਡਣੀ ਆ। 30,000 ਦੇ ਗੇੜ ਚ ਛੱਡ ਦਿਓਗੇ ਤੇ ਉਹਦੇ ਨਾਲ ਵਾਲੀ? ਇਹਦਾ ਮੁੱਲ 30,000 ਆ ਜੀ। ਇਹਦਾ 30,000। ਇਹ ਕਿੰਨੇ ਦੰਦ ਹੋ ਚੁੱਕੇ ਆ ਬਾਈ? ਇਹ ਵੀ ਦੰਦ ਪੂਰੇ ਆ ਜੀ। ਪੂਰੇ ਆ ਜੀ? ਹਾਂ ਪੂਰੇ ਦੰਦ। 8 ਤੇ ਕਿੰਨੇ ਮਹੀਨਿਆਂ ਦੀ ਗੱਭਣ ਆ? ਇਹ 4 ਮਹੀਨਿਆਂ ਦੀ ਗੱਭਣ ਆ। 4 ਮਹੀਨਿਆਂ ਦੀ ਗੱਭਣ ਆ। ਠੀਕ ਹੈ ਬਾਈ। ਪਿਛਲੀ ਵਾਰੇ ਤੁਹਾਡੇ ਕੋਲੇ ਸੂਈ ਸੀ ਜਾਂ ਹੁਣ ਖਰੀਦੀ ਆ ਬਾਈ? ਨਹੀਂ, ਆਪਾਂ ਇਹ ਖਰੀਦੀਆਂ ਹੋਈਆਂ ਜੀ, ਆਪਾਂ ਝੂਠ ਮਾਰਦੇ ਖਰੀਦੀਆਂ ਹੋਈਆਂ ਜੀ। ਹਾਂ ਖਰੀਦੀਆਂ ਹੋਈਆਂ। ਆਹ ਵਾਲੀ ਬੱਕਰੀ ਵੀ ਦਿਖਾਇਓ ਬਾਈ। ਕੋਈ ਨਾ ਇਹਦੀ ਕੀ ਡਿਮਾਂਡ ਕਰਦੇ ਹੋ ਬਾਈ? 30,000 ਰੁਪਏ। 30,000 ਰੁਪਇਆ ਮੰਗਦੇ ਹੋ ਤੇ ਸੂਈ ਹੋਈ ਆ ਬਾਈ? ਹਾਂ ਜੀ। ਕਿੰਨੇ ਬੱਚੇ ਆ? ਇੱਕ ਬੱਚਾ ਜੀ। ਇੱਕ ਬੱਚਾ। ਬੱਕਰੀ ਦੇਖ ਲਓ ਮਿੱਤਰੋ, ਸੂਈ ਹੋਈ ਹੈਗੀ, ਕੁਆਲਿਟੀ ਤੁਸੀਂ ਦੇਖ ਲਓ, ਤੇ ਬੱਚਾ ਮੈਂ ਦਿਖਾਉਣ ਲੱਗਾ ਤੁਹਾਨੂੰ। ਕਾਲੀ ਪੱਠ ਦੀ ਕੀ ਡਿਮਾਂਡ ਕਰਦੇ ਹੋ ਬਾਈ? ਇਹਦੀ ਇਹਦੀ ਜੀ? ਹਾਂਜੀ ਹਾਂਜੀ, ਇਹਦਾ 22,000 ਡਿਮਾਂਡ ਕਰਦੇ ਆ। 22,000? ਤੇ ਬਾਈ ਇਹ ਕਿੰਨੀ ਪਿਓਰ ਮੰਨਦੇ ਹੋ ਤੁਸੀਂ? ਪੂਰੀ ਪਿਓਰ ਚ ਆ ਜਾਂਦੀ ਹੈ ਜੀ। ਪੂਰੀ ਪਿਓਰ ਚ ਆ? ਇਹ ਵੀ ਕਿਵੇਂ ਆ, ਗੱਭਣਾ ਜਾਂ ਖਾਲੀ ਆ? ਨਹੀਂ ਗੱਭਣਾ ਜੀ, ਇਹ 3.5 ਮਹੀਨਿਆਂ ਦੀ ਗੱਭਣਾ। 3.5 ਮਹੀਨਿਆਂ ਦੀ ਗੱਭਣਾ ਬਾਈ। ਜਦੋਂ ਬੱਕਰੀ ਕ੍ਰਾਸ ਕਰਾਤੀ, ਹਾਂਜੀ ਠੀਕ ਹੈ, ਉਸ ਤੋਂ ਬਾਅਦ ਟੀਕਾ ਟਲਾ ਕਿਹੜਾ ਲਾਉਣਾ ਚਾਹੀਦਾ ਉਹਦੇ? ਕਿਉਂਕਿ ਤੁਸੀਂ ਕਹਿੰਦੇ ਹੋ ਵੀ ਅਸੀਂ ਤਾਂ ਜਾਨਵਰ ਲਿਆਉਂਦੇ ਆ ਤੇ ਵੇਚਦੇ ਆ, ਹਾਂਜੀ ਹਾਂਜੀ, ਜ਼ਿਆਦਾ ਚਿਰ ਕੋਈ ਰੱਖਦੇ ਨਹੀਂ। ਹਾਂਜੀ ਹਾਂਜੀ। ਫਿਰ ਉਹਦਾ ਜਦੋਂ ਇੱਕ ਥਾਂ ਤੋਂ ਦੂਜੇ ਥਾਂ ਠੰਡ 'ਚ ਆਪਾਂ ਲੈ ਕੇ ਜਾਂਦੇ ਆ ਜਾਨਵਰ, ਹਵਾ ਵਗੈਰਾ ਵੀ ਵੱਜਦੀ ਹੈ, ਤੇ ਘਰੇ ਲਿਆ ਕੇ ਆਪਾਂ ਨੂੰ ਕੀ ਟ੍ਰੀਟਮੈਂਟ ਕੀ ਕਰਨਾ ਚਾਹੀਦਾ ਵੀ ਜਾਨਵਰ ਬਿਮਾਰ ਨਾ ਹੋਵੇ? ਬਿਮਾਰ ਆਏ ਆ ਜੀ, ਦੇਖੋ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਜਾਂ ਇਹਨੂੰ ਬੁਖਾਰ ਹੋ ਗਿਆ ਵੀ ਠੰਡ ਲੱਗ ਗਈ, ਜਿਵੇਂ ਹੁਣ ਮੌਸਮ ਸਰਦੀ ਦਾ ਆ ਗਿਆ ਵੀ ਠੰਡ ਲੱਗ ਗਈ ਇਹਨੂੰ, ਉਹਦੇ ਵਿੱਚ ਆਪਾਂ ਟੀਕਾ ਲਾ ਸਕਦੇ ਹਾਂ, ਟੈਰਾਮਾਈਸੀਨ ਦਾ ਲਾ ਸਕਦੇ ਹਾਂ। ਟੈਰਾਮਾਈਸੀਨ ਦਾ? ਗੱਭਣ ਬੱਕਰੀ ਹੁਣ ਜਿਹੜੀ ਆਪਾਂ ਦੇਖੀ ਆ, ਮੰਨ ਲਓ ਕਿੰਨੇ ਐਮਐਲ ਲਾਉਂਦੇ ਹੋ ਤੁਸੀਂ? ਡਾਕਟਰ ਨੂੰ ਬੁਲਾਉਂਦੇ ਹੋ ਜਾਂ ਆਪ ਹੀ ਲਾਉਂਦੇ ਹੁੰਦੇ ਹੋ? ਨਹੀਂ ਆਪ ਲਾਉਂਦੇ ਹਾਂ ਜੀ, ਅਸੀਂ 5 ਐਮਐਲ ਲਾਉਂਦੇ ਹਾਂ ਬੱਕਰੀ ਦੇ। ਬੱਕਰੀ ਦੇ? ਹਾਂ, ਉਹ ਬੱਕਰੀ ਦੇ ਹਿਸਾਬ ਨਾਲ ਲੱਗ ਜਾਂਦੇ, ਜਿਹੋ ਜਿਹਾ ਬੱਕਰੀ ਦਾ ਵੇਟ ਆ ਜੀ, ਜੇ ਥੋੜੀ ਜਿਹੀ ਵੱਧ ਨਰੋਈ ਆ ਤਾਂ ਉਹਦੇ 5 ਲੱਗ ਜਾਂਦੇ, ਘੱਟ ਉਹਦੇ 4 ਵੀ ਲੱਗ ਜਾਂਦਾ। ਜਿਹੜਾ ਬੱਚਾ ਹੈ ਮੰਨ ਲਓ ਦੁੱਧ ਪੀਂਦਾ ਜਾਏ, ਹਾਂਜੀ ਹਾਂ, ਤੇ ਜੇ ਉਹਦੇ ਲਾਉਣਾ ਤਾਂ ਕਿੰਨੇ? 1 ਐਮਐਲ ਲੱਗੂ ਜੀ। 1 ਐਮਐਲ ਲੱਗੂਗਾ? ਥਲੜੇ ਮਾਸ 'ਚ ਲੱਗੂਗਾ। ਥਲੜੇ ਮਾਸ 'ਚ ਲੱਗੂਗਾ? ਹਾਂਜੀ ਹਾਂਜੀ। ਠੀਕ ਹੈ ਬਾਈ, ਤੇ ਉਹ ਗਾਂ ਵਾਲੀ ਬੱਕਰੀ ਦਾ ਦਿਖਾਇਓ ਬਾਈ, ਇਹਦਾ ਕੀ ਮੰਗਦੇ ਹੋ? ਦੇਖੋ ਇਹਦੀ ਕੀ ਡਿਮਾਂਡ ਕਰਦੇ ਹੋ ਬਾਈ? ਇਹਦੀ ਡਿਮਾਂਡ ਤਾਂ ਜੀ 65,000 ਰੁਪਇਆ ਕਰਦੇ ਹਾਂ। 65,000? ਹਾਂਜੀ। ਇਹ ਕਿੰਨੇ ਚਿਰ ਦੀ ਗੱਭਣਾ ਬਾਈ? 2.5 ਮਹੀਨੇ ਦੀ ਗੱਭਾ ਜੀ। 2.5 ਮਹੀਨੇ ਦੀ ਗੱਭਣਾ ਬਾਈ? ਇਹਦਾ ਰੇਟ ਥੋੜਾ ਜਿਹਾ ਜ਼ਿਆਦਾ ਹੀ ਕਰੀ ਜਾਂਦੇ ਹੋ। ਇਹ ਪੱਠ ਕੁਆਲਿਟੀ ਚ ਹੈ ਜੀ ਇਹ ਪੂਰੀ। ਕੀ ਕੁਆਲਿਟੀਆਂ ਬਾਈ ਦਿਖਾਓ? 50,000 ਰੁਪਇਆ ਦਾ ਲੱਗ ਚੁੱਕਿਆ ਜੀ ਇਹ ਤੇ ਪੱਠ। ਇਹਦਾ 50,000 ਲੱਗ ਚੁੱਕਾ ਹੈ, ਲੱਗ ਚੁੱਕਾ, ਦਿੱਤੀ ਨਹੀਂ ਪੱਠ। ਠੀਕ ਹੈ, ਕਿੱਥੋਂ ਤੱਕ ਛੱਡ ਦਿਓਗੇ ਬਾਈ ਫਿਰ? ਇਹਦੀ 60 ਦੀ ਡਿਮਾਂਡ ਕਰਦੇ ਹਾਂ ਜੀ। 60 ਦੀ ਡਿਮਾਂਡ ਕਰਦੇ ਹੋ? 50 ਲੱਗ ਚੁੱਕਾ ਮਿੱਤਰੋ, ਦੇਖ ਲਓ ਬਾਈ।
ਤੇ ਗਾਂ ਵਾਲੀ ਬੱਕਰੀ ਉਹ ਬੈਠੀ ਵਾਲੀ ਵੀ ਦਿਖਾਇਓ ਸਾਨੂੰ ਬਾਈ ਖੜੀ ਕਰਕੇ ਇਹਦੀ ਬਾਈ ਕੀ ਡਿਮਾਂਡ ਕਰਦੇ ਹੋ मीट दे भाई तोलने कोई भी पशु है तो मीट दे भा तोलने जो पशु है मान ला जाए जी नसल है नसल बीटल है मीट दे भा भी यही तोलने वाली है मीट दे भा भी यही जाते मीट दे भा उदो जाती है जो मन जाता बुढ़ी होगी बकरी और उदो जा तुलमी बिक जूगी तुलमी बिक जूगी रेट मीट का की चलता बई हुण ठंड च सोडे एरिए च साडे एरिए जी 500 चलदा जी 500 किलो कट्टे कटाई दा या खड़े खड़ाई दा ना ना कट्टे दा जेड़ा आपा जण दी दुकान तो लेणागा दुकान तो लेणा जेड़ा आपा ते जे आपा जौंदा ही बेचणा बई कोई अपने कोले बकरा दा की हिसाब जा मोटा जा देखो व्यापारी कोई किवें लाउंदा कोई किवें लाउंदा विच तां 400 नूं भी कही जांदे आ जौंदे दा विच 500 नूं भी कही जांदे आ ठीक है हां जी ओह भी लगदी है मौसम दे हिसाब ते एरिए दे हिसाब ते रेट थोड़ा घणा उत्ते थल्ले हो ही जांदा थल्ले हो जांदा जी भाई इक जिहड़ी बकरी ओह दिखा भी जिहड़ी सोडे कोले वध दुध देण वाली है जी इहनां चों आ कढ पाठ नूं कढ लैणा ਕੱਲੀ ਬੱਕਰੀ ਦੀ ਡਿਮਾਂਡ ਕਰ ਦੋ ਬੱਚਾ ਕੋਈ ਨੀ ਇਹਦੇ ਪਿੱਛੇ ਦੁੱਧ ਕਿੰਨਾ ਦਿੰਦੀ ਆ ਬਈ ਹੁਣ ਇਹ ਹੁਣ ਤਾਂ ਇਹਦੇ ਥੱਲੇ ਦੇਖੋ ਹੁਣ ਤਾਂ ਤੋਕੜ ਹੋ ਗਈ ਇਹ ਮਨ ਗੱਭਣਾ ਚ ਪੈ ਗਈ ਹੁਣ ਤਾਂ ਆਪਾਂ ਥੱਲੇ ਬਸ ਕਹਿੰਦੇ ਆ ਕਿਲੋ ਲਾਲਾ ਡੂਢ ਕਿਲੋ ਲਾਲਾ ਦੋਨੇ ਡੰਗਾ ਦਾ ਜਦੋਂ ਜਾਂਦੀ ਸੱਜਰ ਸੀਗੀ ਇਹ ਉਦੋਂ ਇਹ ਕੱਢ ਜਾਂਦੀ ਸੀ 4 ਲੀਟਰ ਵੀ ਕੱਢ ਜਾਂਦੀ ਸੀ ਦੋਨੇ ਡੰਗਾ ਦਾ 3.5 ਵੀ ਕੱਢ ਜਾਂਦੀ ਅੱਛਾ ਅੱਛਾ 3.5-4 ਲੀਟਰ ਬਿਨ ਸਮਾਈ ਤੋਂ ਜਾਣੀ ਦੀ ਬਾਹਰਲੀ ਚਰਾਈ ਤੇ ਬਾਹਰਲੀ ਚਰਾਈ ਤੇ ਫੀਡ ਫੂਡ ਤੋਂ ਬਿਨਾ ਸਾਰੇ ਕਾਸੇ ਤੋਂ ਬਿਨਾ ਸਾਰਾ ਕੁਝ ਛੱਡ ਕੇ ਬਈ ਕੁਝ ਬੰਦੇ ਕਹਿੰਦੇ ਆ ਨਾ ਵੀ ਸਾਡੇ ਕੋਲੇ ਬੱਕਰੀਆਂ ਰੱਖ ਲਈਆਂ ਕਿਸੇ ਵੀ ਬੰਦੇ ਨੇ ਨਵੇਂ ਬੰਦੇ ਨੇ ਬੱਕਰੀਆਂ ਰੱਖਣੀਆਂ ਸਟਾਰਟ ਕਰਤੀਆਂ ਬੀਟਲ ਰੱਖ ਲਈ ਜਾਂ ਕ੍ਰੋਸ ਰੱਖ ਲਈਆਂ ਮਿਕਸ ਜੀ ਰੱਖ ਲਈ ਸਾਰਾ ਕੁਝ ਹੋ ਗਿਆ ਉਹ ਕਹਿੰਦੇ ਵੀ ਜੇ ਸਾਡੇ ਕੋਲੇ 10 ਬੱਕਰੀਆਂ ਸੁੰਗ ਹੈ ਉਹਦੇ ਚੋਂ ਮਸਾਂ ਹੀ 5-7 ਬੱਕਰੀਆਂ ਜਿਹੜੀਆਂ ਉਹ 2 ਬੱਚੇ ਦੇਣਗੀਆਂ ਬਾਕੀ 1-1 ਤੇ ਰਹਿ ਜਾਂਦੀਆਂ ਕੁਛ ਬੰਦੇ ਕਹਿੰਦੇ ਵੀ ਜੇ ਸਾਡੇ ਕੋਲੇ 10 ਸੁੰਗਾਂ ਤਾਂ 7 ਬੱਚੇ ਜਿਹੜੇ 7 ਬੱਕਰੀਆਂ ਉਹ 2-2 ਬੱਚੇ ਦਿੰਦੀਆਂ ਬਾਕੀ 1 ਦਿੰਦੀਆਂ ਇਹ ਕੀ ਚੱਕਰ ਹੈ ਕਿਸੇ ਦੀਆਂ 2-2 ਦੇਈ ਜਾਂਦੀਆਂ ਅਤੇ ਕਿਸੇ ਦੀ 1-1 ਹੀ ਦਿੰਦੀ ਹੈਗੀ ਇਹ ਬਰੀਡਰ 'ਚ ਫਲਟ ਹੈ ਸੰਭਾਈ 'ਚ ਫਲਟ ਹੈ ਨਸਲ 'ਚ ਫਲਟ ਹੈ ਜਾਂ ਬੱਕਰੀ 'ਚ ਫਲਟ ਹੈ ਇਹ ਜੀ ਕਾਹੇ 'ਚ ਫਲਟ ਨਹੀਂ ਹੈਗਾ ਇਹ ਸਮੇਂ ਦੇ ਹਿਸਾਬ ਨਾਲ ਹੁੰਦਾ ਜੀ ਜਿਵੇਂ ਸਮਾਂ ਲੱਗ ਗਿਆ ਵਧੀਆ ਲੱਗ ਗਿਆ ਤਾਂ ਬੱਚੇ 2 ਦੀ ਥਾਂ ਤੇ 3 ਵੀ ਦੇ ਸਕਦੀ ਆ ਬੱਕਰੀ ਬੀਟਲ ਵੀ ਹਾਂ ਬਾਕੀ ਆ ਬੀਟਲ ਆਪਣੀ ਜੀ ਤੇ ਮੰਨ ਕੇ ਚੱਲ ਵੀ ਨਹੀਂ ਇੱਕ ਤਾਂ ਇੱਕ ਆਇਆ ਵੀ ਜਿਹੜਾ ਆਪਾਂ ਇੱਕ ਕਹਿ ਦਿੰਦੇ ਆ ਸੌਖਾ ਪਲ ਜਾਂਦਾ ਉਹ ਬੱਚਾ ਹੋਰ ਨਹੀਂ ਕੋਈ ਕਾਰਨ ਹੁੰਦਾ ਇਹ ਕੋਈ ਆਏ ਆਪਾਂ ਜਿਹੜੀ ਗੱਲ ਕਹਿੰਦੇ ਆ ਵੀ ਇੱਕ ਕਿਉਂ ਦਿੰਦੀ ਆ ਇੱਕ ਦੇ ਜੇ ਮੰਨ ਇੱਕ ਵਾਰੀ ਇੱਕ ਦੇ ਤਾਂ ਉਹ ਦੂਜੀ ਵਾਰ ਨੂੰ ਖਣੀ 3 ਦੇ ਦੇ ਓਕੇ ਹਾਂਜੀ ਆਹ ਗੱਲ ਹੈ ਇਹਦੇ ਵਿੱਚ ਬਈ ਇੱਕ ਵਾਰੀ ਜਦੋਂ ਬੱਕਰੀ ਸੂਪੀ ਜਿਹੜੀ ਹੁਣ ਆਹ ਵਾਲੀ ਬੱਕਰੀ ਆਪਾਂ ਦੇਖ ਰਹੇ ਹਾਂ ਵੀ ਤੁਸੀਂ ਮੰਨਦੇ ਹੋ ਵੀ ਪੂਰੀ ਬੈਸਟ ਕੁਆਲਿਟੀ ਹੈਗੀ ਹਾਂਜੀ ਬੱਚੇ ਸੇਲ ਕਰਤੇ ਉਦੋਂ ਬਾਅਦ ਇੱਕ ਸੂਆ ਸੋਣ ਤੋਂ ਬਾਅਦ ਅਗਲੀ ਕ੍ਰੋਸਿੰਗ ਕਿੰਨੇ ਸਮੇਂ ਦੇ ਵਿੱਚ ਕਰਾ ਦੇਣੀ ਚਾਹੀਦੀ ਹੈ ਦੇਖੋ ਜੀ ਅਸੀਂ ਜਿਹੜੇ ਹਿਸਾਬ ਨਾਲ ਮਾਲਾਂ ਵਾਲੇ ਕਰਾਉਂਦੇ ਹਾਂ ਅਸੀਂ ਤਾਂ ਮੰਨ ਕੇ ਚੱਲ ਬੱਕਰੀ ਨੂੰ 2 ਮਹੀਨੇ ਖਾਲੀ ਰਹਿਣ ਦਿੰਦੇ ਠੀਕ ਹੈ ਸੂਣ ਤੋਂ ਬਾਅਦ ਹਾਂ 2 ਮਹੀਨੇ ਖਾਲੀ ਰਹਿਣ ਦਿੰਦੇ ਵਿੱਚ ਬੱਕਰੀਆਂ ਜਿਹੜੀਆਂ ਅਸੀਂ ਘਰੇ ਰੱਖਣੀਆਂ ਹੁੰਦੀਆਂ ਉਹਨਾਂ ਨੂੰ ਤਾਂ ਮਹੀਨਾ ਕੀ ਰਹਿਣ ਦਿੰਦੇ ਆ ਸਾਨੂੰ ਉਹਨਾਂ ਦਾ ਪੱਠਾਂ ਦਾ ਲਾਲਚ ਹੁੰਦਾ ਹੈਗਾ ਵੀ ਆਪਾਂ ਉਹਨਾਂ ਦੇ ਬੱਚੇ ਰੱਖਗੇ ਗਾ ਜਿਵੇਂ ਹੁਣ ਇਹ ਪੱਠ ਦਿਖਾਈ ਆ ਤੁਹਾਨੂੰ ਇਹਦੇ ਸਾਨੂੰ ਬੱਚੇ ਰੱਖਣ ਦੀ ਵੱਧ ਦੇਣ ਦੀ ਚਾਹਣਾ ਹੈਗੀ ਸਾਨੂੰ ਵੇਚਣ ਦੀ ਚਾਹਣਾ ਨਹੀਂ ਉੱਡੀ ਹੈਗੀ ਓਕੇ ਵੀ ਗਾਹ ਬੱਚੇ ਵਿਗੜਦਾ ਚੰਗੇ ਪੈਸੇ ਬਟਾਉਣਗੇ ਹਾਂ ਚੰਗੇ ਪੈਸੇ ਬਟਾਉਣ ਹਾਂ ਬਈ ਟੋਟਲ ਕਿੰਨੇ ਨਾ ਗਿਆ ਸਰੇ ਕੋਲੇ ਹੁਣ ਇਸ ਟਾਈਮ ਮੰਡੀ ਤੇ ਆਪਣੇ ਕੋਲੇ ਜੀ 22 ਨਾਗ ਇੱਕ ਅਲੱਗ ਆਏ ਆਪਣੇ ਠੀਕ ਹੈ ਤੇ 16 ਨਾਗ ਇੱਕ ਅਲੱਗ ਆਏ 16 ਨਾਗ ਅੱਡ ਆਏ ਤੁਸੀਂ ਦੁੱਧ ਵੀ ਵੇਚਦੇ ਹੋ ਹਾਂਜੀ ਹਾਂ ਵੇਚਦੇ ਜੇ ਮੈਂ ਔਸਤ ਜੀ ਗੱਲ ਕਰਾਂ ਇਸ ਮਹੀਨੇ ਮਹੀਨੇ ਚ ਜਾਂ ਇੱਕ ਦਿਨ ਦੀ ਤੇ ਕਿੰਨਾ ਦੁੱਧ ਪਾ ਦਿੰਦੇ ਹੋ ਡੇਰੀ ਚ ਪਸ਼ੂ ਤੁਸੀਂ ਦੱਸਤੇ ਵੀ ਇੰਨੇ ਆ ਮੇਰੇ ਕੋਲੇ ਦੇਖੋ ਜੀ ਆਪਾਂ ਬਾਈ ਸਾਡਾ ਕੰਮ ਹੈਗਾ ਅਸੀਂ ਦੁੱਧ ਦਾ ਵੈਸੇ ਪਾਉਨੇ ਵੀ ਅਸੀਂ ਦੁੱਧ ਦਾ ਲਾਲਚ ਘੱਟ ਕਰਦੇ ਆ ਥੋੜਾ ਜਿਹਾ ਓਕੇ ਅਸੀਂ ਬੱਚੇ ਦਾ ਲਾਲਚ ਵੱਧ ਕਰਦੇ ਆ ਠੀਕ ਹੈ ਵੀ ਬੱਚਾ ਸਾਨੂੰ ਆਇਆ ਹੁੰਦਾ ਮਹੀਨੇ ਡੂਢ ਮਹੀਨੇ ਵੇਚਦੀ ਪਲ ਗਿਆ ਵੇਚ ਦੂ ਇਹਨੂੰ ਠੀਕ ਹੈ ਦੁੱਧ ਅਸੀਂ ਪਾਉਨੇ ਆ ਜਾਨਕੀ ਆਪਾਂ ਰੁੱਤ 'ਚ ਜਾ ਕੇ ਜਦੋਂ ਵਿਸਾਖ ਦੀ ਰੁੱਤ ਆ ਗਈ ਜੇਠ ਦੀ ਹੜ੍ਹ ਦੀ 3 ਮਹੀਨੇ ਸੀਜ਼ਨ ਲਾਉਂਦੇ ਆ ਠੀਕ ਹੈ ਵਿਸਾਖ ਤੋਂ ਲੈ ਕੇ ਜੇਠ ਵਿਸਾਖ ਜੇਠ ਤੇ ਹੜ੍ਹ 3 ਮਹੀਨੇ ਦੁੱਧ ਵੇਚਣ ਨੇ ਧਿਆਨ ਦਿੰਦੇ ਹੋ ਹਾਂ ਦੁੱਧ ਵੇਚਣ ਨੇ ਆ ਜੀ ਉਦੋਂ ਬਾਅਦ ਬੱਚਿਆਂ ਨੂੰ ਪਈ ਜਾਂਦੇ ਜਿੰਨਾ ਪੀਂਦੇ ਨਾਲ ਦੀ ਨਾਲ ਬੱਚਿਆਂ ਨੂੰ ਵੀ ਪਈ ਜਾਂਦੇ ਆ ਤੇ ਡੇਰੀ 'ਚ ਦੁੱਧ ਵੀ ਪਾਉਂਦੇ ਠੀਕ ਹੈ
ਕੱਲਾ ਇਹ ਜ਼ਰੂਰੀ ਨਹੀਂ ਵੀ ਅਸੀਂ ਡੇਰੂ ਵੀ ਪਾਉਣਾ ਤੇ ਬੱਚਿਆਂ ਨੂੰ ਚੁੰਘਾਉਣਾ ਨਹੀਂ ਓਕੇ ਠੀਕ ਹੈ ਬਾਈ ਜਿਹੜਾ ਇਹ ਤੁਸੀਂ ਮਹੀਨੇ ਦੱਸਿਆ ਹੈ ਵੀ ਉਹ ਮਹੀਨਿਆਂ 'ਚ ਜ਼ਿਆਦਾ ਵੇਚਣ ਕਰਨੀ ਧਿਆਨ ਦਿੰਦੇ ਹੋ ਉਦੋਂ ਬਾਅਦ ਬੱਚੇ ਤਿਆਰ ਕਰਦੇ ਹੋ ਵੇਚਣਾ ਨਹੀਂ ਐਂ ਧਿਆਨ ਹੁੰਦਾ ਉਦੋਂ ਰੁੱਤ ਖੁੱਲੀ ਹੁੰਦੀ ਆ ਦੁੱਧ ਪਸ਼ੂਆਂ ਥੱਲੇ ਵੱਧ ਹੁੰਦਾ ਓਕੇ ਹਾਂ ਜਿਹੜੇ ਕੋਈ ਉਦੋਂ ਬਾਅਦ 'ਚ ਦੂਜੀ ਰੁੱਤ ਆ ਰਹਿ ਗਈ ਪਿੱਛੇ ਉਹਦੇ 'ਚ ਦੁੱਧ ਨਹੀਂ ਉਹਨਾਂ ਦਿੰਦੀ ਬੱਕਰੀ ਜਿੰਨਾ ਵਾਢੀ ਦੀ ਰੁੱਤ 'ਚ ਜਾ ਕੇ ਦਿੰਦੀ ਵਾਢੀ ਦੀ ਰੁੱਤ 'ਚ ਉਹ ਦਾਣਾ ਫੱਕਾ ਬਾਹਰੋਂ ਹਾਂ ਜੀ ਹਾਂ ਉਦੋਂ ਤਾਂ ਮੰਨ ਕੇ ਚੱਲ ਵੀ ਜਿਹੜੀ 2 ਲੀਟਰ ਦਿੰਦੀ ਆ ਉਹ ਵੀ 3.5 ਲੀਟਰ ਦਊਗੀ ਉਸ ਟਾਈਮ 'ਤੇ ਹਾਂ ਠੀਕ ਹੈ ਬਾਈ ਅਤੇ ਬਾਈ ਇੱਕ ਵਾਲੀ ਆਹ ਵਾਲੀ ਬੱਕਰੀ ਵੀ ਦਿਖਾਇਓ ਤੁਹਾਡੀ ਇਹਦੀ ਕੀ ਡਿਮਾਂਡ ਕਰ ਦਿਓ ਭੂਰੀ ਦੀ ਲਓ ਇਹਦਾ ਕੀ ਮੰਗ ਲਿਓ ਬਾਈ ਇਹਦਾ 18,000 ਮੰਗ ਲਿਆ 18,000 ਇਹ ਕਿਵੇਂ ਆ ਬਾਈ ਇਹ ਗੱਭਣਾ ਜੀ ਥੋੜੇ ਟਾਈਮ ਦੀ ਗੱਭਣਾ ਪਰ ਮੰਨ ਲਓ 15-20 ਦਿਨਾਂ ਦੇ ਗੇੜ ਚ ਬਸ ਮਹੀਨੇ ਦੀ ਲਾ ਲਾ 20 ਦਿਨਾਂ ਦੀ ਲਾ ਲਾ ਜੀ ਯਾਨੀ ਕਿ ਆਪਾਂ ਪੂਰੀ ਤਸੱਲੀ ਜੀ ਤੇ ਨਹੀਂ ਕਹਿ ਸਕਦੇ ਕਿਉਂਕਿ ਵੀ ਅਸੀਂ ਖਰੀਦੀਆਂ ਹੋਈਆਂ ਬੱਕਰੀਆਂ ਛੱਡੀਆਂ ਠੀਕ ਹੈ ਬਾਈ ਬਰੀਡਰ ਵੀ ਰੱਖਿਆ ਘਰੇ ਫਿਰ ਹਾਂਜੀ ਹਾਂਜੀ ਕਿੰਨੇ ਰੱਖੇ ਆ ਇੱਕ ਆ ਬੱਚਾ ਰੱਖਿਆ ਇਹ ਬਰੀਡਰ ਰੱਖ ਦਿਓ ਬਾਈ ਹਾਂਜੀ ਆ ਰੱਖਿਆ ਬੱਚਾ ਜੀ ਸੇਲ ਵਾਸਤੇ ਲੈ ਕੇ ਆਏ ਹੁਣ ਕਿ ਨਹੀਂ ਜੀ ਨਹੀਂ ਸੇਲ ਵਾਸਤੇ ਇਹ ਦਿਖਾਉਣ ਵਾਸਤੇ ਹੀ ਰੱਖਿਆ ਹਾਂਜੀ ਬਾਈ ਬੱਕਰੀਆਂ ਬਾਹਵਾ ਰੱਖੀਆਂ ਤੁਸੀਂ ਹਾਂਜੀ ਠੀਕ ਹੈ ਤੇ ਫੀਡ ਦਾ ਵੀ ਤੁਸੀਂ ਸਿਸਟਮ ਕਹਿੰਦੇ ਹੋ ਵੀ ਅਸੀਂ ਬਾਹਰ ਚਾਰ ਕੇ ਤਿਆਰ ਕਰਦੇ ਆ ਫਿਰ ਇੰਨੀਆਂ ਬੱਕਰੀਆਂ ਜੋ ਇਹੀ ਛਾਂਟ ਕੇ ਕਿਉਂ ਰੱਖ ਲਿਆ ਕੀ ਕੁਝ ਕੁਆਲਿਟੀਆਂ ਕੀ ਦੇਖ ਲਿਆ ਬਾਈ ਇਹਦੇ ਚ ਵਧੀਆ ਜੀ ਕੀ ਕੁਝ ਦੇਖ ਕੇ ਰੱਖਿਆ ਬਾਈ ਮੰਨ ਕੇ ਚੱਲ ਜਿਹੜੀ ਆਪਾਂ ਗੁਲਾਬੀ ਚਮੜੀ ਕਹਿੰਦੇ ਨੇ ਜੀ ਉਹਦੇ ਜਾ ਗਿਆ ਦੇਖੋ ਦੇ ਕੰਨ ਜੀ ਸਿੰਘ ਵੀ ਦੇਖੋ ਜੀ ਇਹਦੇ ਜਿਵੇਂ ਗੁਲਾਬੀ ਪਏ ਪੈਰ ਵੀ ਗੁਲਾਬੀ ਤੇ ਮੂੰਹ ਦੇਖੋ ਯਾਰ ਨੱਕ ਦੇਖੋ ਇਥੋਂ ਜੀ ਸਾਰਾ ਗੁਲਾਬੀ ਪਿਆ ਠੀਕ ਹੈ ਬਾਈ ਜਾਂਦੀ ਪੂਰੀ ਕੁਆਲਿਟੀ ਦੇ ਵਿੱਚ ਆ ਇਹ ਬੱਚਾ ਜੀ ਬਾਕੀ ਖੀਰਾ ਜਾ ਜੀ ਹਜੇ ਲਾ ਖੀਰਾ ਬੱਚਾ ਠੀਕ ਹੈ ਬਾਈ ਤੇ ਬਾਈ ਪਹਿਲੀ ਵਾਰੀ ਕਦੋਂ ਤੱਕ ਸਟਾਰਟਿੰਗ ਕਰ ਦੇਣੀ ਚਾਹੀਦੀ ਹੈ ਮੰਨ ਲਓ ਬਰੀਡਰ ਰੱਖ ਲਿਆ ਹੁਣ ਤੁਸੀਂ ਬੱਕਰੀਆਂ ਤੇ ਛੱਡਣ ਕਿੰਨੇ ਸਾਲ ਦੇਣ ਲੱਗ ਜਾਓਗੇ ਅਸੀਂ ਜੀ ਇਹਨੂੰ 4 ਦੰਦ ਕਰਕੇ ਛੱਡਾਂਗੇ ਤਕਰੀਬਨ ਵੀ ਮੰਨ 1.5 ਸਾਲ ਦਾ ਹੋ ਗਿਆ ਜੀ 1.5 ਸਾਲ ਦਾ ਹੋ ਗਿਆ ਜੀ 1.5 ਸਾਲ ਦਾ ਛੱਡ ਦਿਓਗੇ ਜੇ ਵੱਧ ਸਮਾਈ ਆ ਜੀ ਬੱਚਾ 1.25 ਸਾਲ 'ਚ ਵੀ ਛੱਡਿਆ ਜਾਂਦਾ ਕੋਈ ਵੱਡੀ ਗੱਲ ਨਹੀਂ ਜੇ ਸਮਾਈ ਵੱਧ ਆ ਬੰਦੇ ਦੀ ਪੂਰੀ ਠੀਕ ਹੈ ਤੇ ਬਈ ਪਹਿਲੀ ਬੱਕਰੀ ਜਿਹੜੀ ਤੋਂ ਆਪਾਂ ਵਧੀਆ ਬੱਚੇ ਲੈਣੇ ਆ ਕਿੰਨੇ ਸਾਲ ਦੀ ਕ੍ਰੋਸਿੰਗ ਕਰਾਉਣੀ ਚਾਹੀਦੀ ਹੈ ਉਹ ਜੀ 1.5 ਸਾਲ ਦੀ ਪੱਠ ਕ੍ਰੋਸ ਕਰਾਉਣੀ 1.5 ਸਾਲ ਦੀ ਤਾਂ ਕ੍ਰੋਸ ਕਰਾਵੀ ਕਰਾਵੇ 2 ਸਾਲ ਦੀ ਹੋਵੇ ਜਾਂਦੀ 1.5 ਦੀ ਤਾਂ ਹੋਵੀ ਹੋਵੇ 2 ਦੀ ਚਾਹੀਦੀ ਆ 2 ਦੀ ਚਾਹੀਦੀ ਆ ਹਾਂ ਫਿਰ ਵਧੀਆ ਬੱਚੇ ਦਿਓ ਫਿਰ ਕੱਦ ਕਾਠ ਪੂਰਾ ਕਰ ਜਾਂਦੀ ਆ ਬੱਚੇ ਵੀ ਵਧੀਆ ਆਪਦੇ ਸੰਭਾਲੂਗੀ ਉਹ ਜੇ ਉਹਦੇ ਵਿੱਚ ਜਾਨ ਹੋਊਗੀ ਤਾਂ ਬੱਚੇ ਵੀ ਫੇਰ ਸੰਭਾਲੂ ਤੁਹਾਨੂੰ ਕਿੰਨੀ ਵਾਟ ਪੈਗੀ ਬਾਈ ਇੱਥੋਂ ਤੱਕ ਸਾਨੂੰ ਜੀ 50 ਕਿਲੋਮੀਟਰ ਵਾਟ ਪਈ 50 ਕਿਲੋਮੀਟਰ ਵਾਟ ਪੈਗੀ ਤੇ ਪ੍ਰਬੰਧ ਕਿਵੇਂ ਲੱਗਦੇ ਆ ਬਾਈ ਮੰਡੀ ਦੇ ਪ੍ਰਬੰਧ ਬਹੁਤ ਵਧੀਆ ਜੀ ਤੁਸੀਂ ਤਾਂ ਪੁਰਾਣੇ ਬੰਦੇ ਹੋ ਫਿਰ ਇਹ ਮੰਡੀ ਦੇ ਹੁਣ ਹੋਣਗੇ ਫਾਇਦੇ ਤੁਹਾਡੇ ਨੇੜੇ ਲੱਗਣ ਲੱਗੀ ਆ ਹਾਂਜੀ ਹੋਣਗੇ ਜੇ ਮੰਨ ਕੇ ਚੱਲ ਗਾਹਕ ਆਊਗੇ ਤੇ ਵਧੀਆ ਮਾਲ ਆਉਣਗੇ ਤਾਂ ਮੰਨ ਕੇ ਸੇਲ ਹੋਣਗੇ ਪਸ਼ੂ ਤਾਂ ਮੰਡੀ ਅੱਗੇ ਵਧਣ ਲੱਗ ਜੂਗੀ ਓਕੇ ਕਿਵੇਂ ਲੱਗਦਾ ਬਾਈ ਦੇਖ ਕੇ ਮਾਹੌਲ ਤਾਂ ਵੀ ਕਾਮਯਾਬ ਹੋ ਸਕਦੀ ਹੈ ਮੰਡੀ ਫਾਇਦੇ ਵੀ ਹੋਣਗੇ ਜਿਹੜੇ ਬੰਦਿਆਂ ਨੂੰ ਦੂਰ ਜਾਣਾ ਪੈਂਦਾ ਸੀ ਨੇੜੇ ਆ ਜੂਗੀ ਮੰਡੀ ਹਾਂਜੀ ਹਾਂਜੀ ਧੰਨਵਾਦ ਬਾਈ ਮਾਸਟਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਸਾਰਿਆਂ ਨੂੰ ਪਹਿਲਾਂ ਤਾਂ ਨਵੀਂ ਬੱਕਰਾ ਮੰਡੀ ਲਗਾ ਰਹੇ ਹੋ ਬਹੁਤ ਬਹੁਤ ਵਧਾਈਆਂ ਤੁਹਾਨੂੰ ਬਿਲਕੁਲ ਜੀਟੀ ਰੋਡ ਦੇ ਉੱਪਰ ਤੇ ਸਰ ਪ੍ਰੋਪਰ ਲੋਕੇਸ਼ਨ ਦੱਸੋ ਜੇਕਰ ਕੋਈ ਨਵਾਂ ਬੰਦਾ ਆਉਣਾ ਚਾਹੁੰਦਾ ਤਾਂ ਜੀ ਹਾਂਜੀ ਸਰ ਤੁਹਾਡਾ ਵੀ ਇੱਥੇ ਪਹੁੰਚਣ ਦਾ ਚੈਨਲ ਦਾ ਮੈਂ ਧੰਨਵਾਦ ਕਰਦਾਗਾ ਫਾਰਮਿੰਗ ਬ੍ਰੇਨ ਦਾ ਜਿਨ੍ਹਾਂ ਨੇ ਤੁਹਾਡੇ ਸਾਡੇ ਮੰਡੀ ਨੂੰ ਤੁਸੀਂ ਫਸਟ ਟਾਈਮ ਇਸ ਨੂੰ ਦਰਸ਼ਕ ਵੀਰਾਂ ਨੂੰ ਦਿਖਾ ਰਹੇ ਹੋਗੇ ਜਿਹੜੀ ਸਾਡੀ ਇਹ ਮੇਨ ਲੋਕੇਸ਼ਨ ਹੈ ਸਰ ਡਿਸਟ੍ਰਿਕਟ ਮਾਨਸਾ ਪੰਜਾਬ ਤੇ ਨੀਅਰ ਹੈਗਾ ਕਿ ਆਪਣਾ ਕੈਂਚੀਆਂ ਚੌਂਕ ਮੇਨ ਚੌਂਕ ਆ ਕੈਂਚੀਆਂ ਚੌਂਕ ਮਾਨਸਾ ਦੇ ਵਿੱਚ ਪੈਂਦਾ ਡਿਸਟ੍ਰਿਕਟ ਦੇ ਵਿੱਚ ਉਸ ਤੋਂ ਅੱਗੇ ਜਾ ਕੇ ਕਿਲੋਮੀਟਰ ਦੇ ਉੱਪਰ ਹੀ ਇਹ ਜਿਹੜੀ ਆਪਣੀ ਮੰਡੀ ਆ ਲਗਾਈ ਜਾ ਰਹੀ ਹੈਗੀ ਮੇਲਾ ਲਗਾਇਆ ਜਾ ਰਿਹਾ ਹੈਗਾ ਬਿਲਕੁਲ ਨਾਲ ਉਸਦੇ ਹੈਗਾ ਖੇਤੀਬਾੜੀ ਦਫ਼ਤਰ ਸਰਕਾਰੀ ਆਈਟੀਆਈ ਸਾਹਮਣੇ ਬਿਲਕੁਲ ਪੈਪ ਬਣ ਰਹੇ ਨੇਗੇ ਪੈਪ ਫੈਕਟਰੀ ਹੈਗੀ ਪੱਥਰ ਦੀ ਜਿਹੜੀ ਬਣ ਰਹੇ ਨੇ ਉਹਦੇ ਬਿਲਕੁਲ ਸਾਹਮਣੇ ਇਹ ਮੰਡੀ ਹੈ ਜਿਹੜੀ ਡਿਸਟ੍ਰਿਕਟ ਮਾਨਸਾ ਦੇ ਵਿੱਚ ਲਗਾਈ ਜਾ ਰਹੀ ਹੈ ਸਰ ਕੀ ਕੁਛ ਨਵਾਂ ਪ੍ਰਬੰਧ ਕਰ ਰਹੇ ਹੋ ਮੰਡੀ ਤੇ ਪ੍ਰਬੰਧ ਇਹੀ ਹੈ ਜੀ ਜਿਹੜੇ ਮਤਲਬ ਵੀਰ ਆਪਣੇ ਬੱਕਰੀ ਪਾਲਕ ਵੀਰ ਨੇਗੇ ਉਹ ਮੰਡੀ ਉੱਪਰ ਆ ਰਹੇ ਨੇ ਉਹਨਾਂ ਦੇ ਲਈ ਖਾਣੇ ਦਾ ਪ੍ਰਬੰਧ ਬਿਲਕੁਲ ਹੈ ਠੀਕ ਆ ਚਾਹ ਪਾਣੀ ਦਾ ਲੰਗਰ ਜੋ ਹੈ ਉਹ ਟੁੱਟ ਵਰਤੇਗਾ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਏਗੀ ਉਸ ਤੋਂ ਬਾਅਦ ਪਾਣੀ ਬੱਕਰੀਆਂ ਲਈ ਬਿਲਕੁਲ ਸਾਫ਼ ਸੁਥਰਾ ਪਾਣੀ ਦਿੱਤਾ ਜਾਏਗਾ ਉਸ ਦੀ ਕੋਈ ਸਮੱਸਿਆ ਨਹੀਂ ਆਏਗੀ ਤੇ ਜਿਹੜੇ ਬੱਕਰੀ ਕੋਈ ਪਾਲਕ ਵੀਰ ਨੇ ਬਾਹਰ ਅਦਰ ਸਟੇਟਾਂ ਤੋਂ ਆ ਰਹੇ ਨੇ ਉਹਨਾਂ ਦੇ ਲਈ ਰਹਿਣ ਦਾ ਪ੍ਰਬੰਧ ਵੀ ਕੀਤਾ ਜਾਏਗਾ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਆਏਗੀ ਜਿਹੜੀ ਇਹ ਮੰਡੀ ਆਪਣੀ ਮਾਨਸਾ ਕੈਂਚੀਆਂ ਚੌਂਕ ਡਿਸਟ੍ਰਿਕਟ ਮਾਨਸਾ ਪੰਜਾਬ ਦੇ ਵਿੱਚ ਹੈਗੀ ਤਾਂ ਇੱਕ ਐਤਵਾਰ ਛੱਡ ਕੇ ਅਗਲੇ ਸੰਡੇ ਨੂੰ ਇਹ ਪੱਕੇ ਤੌਰ ਤੇ ਹੀ ਲੱਗਿਆ ਕਰੂਗੀ ਇੱਕ ਸੰਡੇ ਛੱਡ ਕੇ ਦੂਸਰੇ ਸੰਡੇ ਨੂੰ ਇਹ ਪੱਕੇ ਤੌਰ ਤੇ ਹੀ ਲੱਗਿਆ ਕਰੂਗੀ ਇਹ ਸਾਰੇ ਵੀਰ ਨੋਟ ਕਰਨ ਠੀਕ ਹੈ ਜੀ ਕਿਸਾਨ ਵੀਰੋ ਕਿਵੇਂ ਦੀ ਲੱਗੀ ਤੁਹਾਨੂੰ ਇਹ ਵੀਡੀਓ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਹੀ ਆਉਂਦਾ ਬੈਲ ਆਈਕਾਨ ਪ੍ਰੈਸ ਕਰੋ ਆਲ 'ਤੇ ਕਲਿੱਕ ਕਰੋ ਤਾਂ ਕਿ ਹਰ ਵੀਡੀਓ ਪਹੁੰਚ ਸਕੇ ਤੁਹਾਡੇ ਮੋਬਾਈਲ 'ਤੇ ਸਭ ਤੋਂ ਪਹਿਲਾਂ ਧੰਨਵਾਦ ਦੋਸਤੋ ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ